ਹੁਸ਼ਿਆਰਪੁਰ ਦੇ ਵਿੱਚ ਚੋਰਾਂ ਦਾ ਤਾਂਡਵ ਬਿਲਕੁਲ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਰ ਪਾਸੇ ਚੋਰਾਂ ਦੀ ਵਾਹਵਾਹੀ ਹੋ ਰਹੀ ਹੈ। ਜੇ ਤੁਸੀਂ ਹੁਸ਼ਿਆਰਪੁਰ ਸਿਵਪੁੜੀ ਦੇ ਵਿੱਚ ਆਏ ਹਾਂ ਕਿਸੇ ਦੇ ਸੰਸਕਾਰ ਦੇ ਵਿੱਚ, ਫਿਰ ਵੀ ਆਪਣੇ ਜਿਹੜੇ ਦੋ ਪਹੀਆ ਵਾਹਨ ਹੈ ਉਹਨੂੰ ਸਾਂਭ ਕੇ ਰੱਖੋ। ਸ਼ਾਇਦ ਉੱਥੇ ਇੱਕ ਸਿਕਿਉਰਿਟੀ ਗਾਰਡ ਵੀ ਤੈਨਾਤ ਕਰ ਦਿਓ, ਕਿਉਂਕਿ ਜਿਹੜੇ ਅੱਜ ਦੀ ਜਿਹੜੀ ਖਬਰ ਹੈ, ਆ ਸਾਰੇ ਜਿਹੜੇ ਭਾਈ ਸਾਹਿਬ ਸਾਡੇ ਨਾਲ ਬਣੇ ਹੋਏ ਆ, ਚੰਦਰ ਬਸਰਾ ਜੀ ਸਾਡੇ ਨਾਲ ਜੁੜੇ ਆ। ਬਸਰਾ ਸਾਹਿਬ ਸੰਸਕਾਰ 'ਤੇ ਆਉਂਦੇ ਨੇ, ਅੰਦਰ ਸੰਸਕਾਰ 'ਤੇ ਜਾਂਦੇ ਨੇ, ਅਤੇ ਮੁੜ ਕੇ ਜਦ ਬਾਹਰ ਆਉਂਦੇ ਇਹਨਾਂ ਦਾ ਨਵਾਂ ਐਕਟਿਵਾ ਜਿਹੜਾ ਹੈ ਉਹ ਇਸੇ ਲੋਕੇਸ਼ਨ ਤੋਂ ਗਾਇਬ ਹੋ ਜਾਂਦਾ ਹੈ। ਚੰਦਰ ਸਾਹਿਬ ਕੀ ਸਟੋਰੀ ਸੀ ਪਹਿਲਾਂ ਖੁੱਲ੍ਹ ਕੇ ਦੱਸਿਓ, ਅਤੇ ਪੂਰੀ ਸਟੋਰੀ ਦੱਸਿਓ ਕਿਵੇਂ ਹੋਇਆ ਵਾਰਦਾਤ। ਸਰ ਜਿੱਦਾਂ ਸਾਡੇ ਨਾ ਮੁਹੱਲੇ 'ਚ ਡੈਥ ਹੋਈ ਸੀਗੀ ਮਾਤਾ ਜੀ ਦੀ, ਆਪਾਂ ਨਾ ਸੰਸਕਾਰ 'ਤੇ ਆਏ ਸੀਗੇ, ਅਸੀਂ ਇੱਥੇ ਐਕਟਿਵਾ ਲਾਈ ਆਪਣੀ ਅਤੇ ਆਪਾਂ ਅੰਦਰ ਚਲ ਗਏ, ਤਾਂ ਅੰਦਰੋਂ ਵਾਪਸ ਅਸੀਂ ਬਾਹਰ ਆਏ, ਅਸੀਂ ਇੱਕ ਸੰਸਕਾਰ ਹੋਰ ਹੋਣਾ ਸੀ, ਅਸੀਂ ਬਾਹਰ ਬੈਠਾ ਸੀਗਾ ਇੱਥੇ ਆ ਕੇ, ਅਸੀਂ ਬਾਹਰ ਆ ਕੇ ਦੇਖਿਆ ਸਾਡੀ ਐਕਟਿਵ ਇੱਥੇ ਗੈਪ ਹੋ ਗਈ ਵੀ ਬਿਲਕੁਲ ਹੀ ਹੈ ਨਹੀਂ ਸੀਗੀ, ਕੋਈ ਇੱਥੇ ਕੈਮਰਾ ਨਹੀਂ, ਕੋਈ ਕੁਛ ਨਹੀਂ, ਪੁੱਛਣਾ ਕਿਹਨੂੰ ਹੁਣ, ਆਪਾਂ ਕਿਹਨੂੰ ਪੁੱਛੀਏ, ਦੱਸੋ ਕੀ ਟਾਈਮ ਰਿਹਾ ਹੋਣਾ ਬਸਰ ਸਾਹਿਬ? 10-15 ਮਿੰਟ 'ਚ ਗੈਪ ਹੋ ਗਈ ਜੀ। ਨਹੀਂ ਨਹੀਂ, ਤੁਸੀਂ ਕਿੰਨੇ ਵਜੇ ਸੰਸਕਾਰ 'ਤੇ ਆਏ ਸੀ? ਅਸੀਂ 1:30 ਵਜੇ ਦਾ ਟਾਈਮ ਸੀਗਾ, ਦਿਨ ਦੇ ਉਜਾਲੇ 'ਚ। ਹਾਂਜੀ ਹਾਂਜੀ, ਠੀਕ ਹੈ, ਦੁਪਹਿਰ ਸੀਗੀ ਜੀ, ਦੁਪਹਿਰ ਦਾ ਟਾਈਮ ਸੀਗਾ ਜੀ। ਇੱਥੇ ਲੋਕਾਂ ਦਾ ਬਹੁਤ ਪਬਲਿਕ ਦਾ ਜਮਾਵੜਾ ਵੀ ਸੀਗਾ? ਹਾਂਜੀ ਹਾਂਜੀ, ਪਬਲਿਕ ਸੀਗੀ ਕਾਫੀ ਸੀਗੀ ਪਹਿਲਾਂ, ਠੀਕ ਹੈ, ਕਾਫੀ ਐਕਟਿਵਾ ਸੀਗੀਆਂ ਇੱਥੇ। ਮੈਂ ਇੱਥੇ ਆਪਣੀ ਐਕਟਿਵਾ ਲਾ ਕੇ ਅੰਦਰ ਚਲ ਗਿਆ, ਅਸੀਂ ਬਾਹਰ ਆਏ ਤਾਂ ਸਾਡੀ ਐਕਟਿਵਾ ਗੈਪ ਹੋ ਗਈ ਬਾਹਰੋਂ। ਠੀਕ ਹੈ, ਅਤੇ ਜਦ ਤੁਸੀਂ ਬਾਹਰ ਆਏ ਤਾਂ ਫਿਰ ਉਸ ਤੋਂ ਬਾਅਦ ਕਿੰਨਾ ਕੁ ਲੱਭਣ ਦੀ ਕੋਸ਼ਿਸ਼ ਕੀਤੀ? ਕਾਫੀ ਗਏ ਜੀ, ਉੱਧਰ ਨੂੰ ਵੀ ਘੁੰਮ ਕੇ ਆਏ, ਇੱਧਰ ਵੀ ਘੁੰਮ ਕੇ ਗਏ, ਕੈਮਰੇ ਦੇਖਦੇ ਪਏ ਕਿਸੇ ਦੁਕਾਨ ਦੇ ਬਾਹਰ, ਜੇ ਕੈਮਰਾ ਲੱਗਾ ਜੇ ਉੱਥੇ ਸਾਨੂੰ ਲੋਕੇਸ਼ਨ ਮਿਲ ਜਾਂਦੀ ਤਾਂ ਕਿੱਧਰ ਨੂੰ ਗਏ ਆ ਬੰਦਾ ਥਾਣੇ ਦੱਸ ਦਿੰਦਾ। ਚੋਰੀ ਦੀ ਘਟਨਾਵਾਂ ਨੂੰ ਕਿਵੇਂ ਦੇਖਦੇ ਹੋ ਬਸਰ ਸਾਹਿਬ, ਕਿਉਂਕਿ ਚੋਰੀ ਦੀ ਘਟਨਾ ਜਿਹੜੀ ਹੈ ਦਿਨ ਦੇ ਉਜਾਲੇ ਦੇ ਵਿੱਚ, ਜੇ ਐਕਟਿਵਾ ਚੋਰੀ ਹੋ ਗਈ ਉਹ ਵੀ ਸਿਵਪੁਰੀ ਤੋਂ ਐਕਟਿਵਾ ਚੋਰੀ ਹੋ ਗਈ, ਕੀ ਕੁਛ ਸਮਝੋ, ਕਿੰਨਾ ਕੁ ਸੁਰੱਖਿਅਤ ਹੁਸ਼ਿਆਰਪੁਰ? ਅੰਤਿਮ ਘਰ ਆ ਜੀ ਇਹ, ਹਾਂਜੀ, ਇੱਥੋਂ ਹੀ, ਇੱਥੇ ਨਹੀਂ ਛੱਡਦੇ ਪਏ ਲੋਕ, ਬਾਕੀ ਤਾਂ ਦੂਰ ਦੀ ਗੱਲ ਆ, ਚੋਰਾਂ ਤਾਂ ਬਹੁਤ ਹੁੰਦੀਆਂ ਪਈਆਂ ਅੱਜ ਕੱਲ੍ਹ। ਸੋ ਬਸਰ ਸਾਹਿਬ, ਅਤੇ ਹੁਣ ਤੁਸੀਂ FIR ਕਰਾਤੀ ਹੈ? ਕਰਾਉਣੀ ਹੈ ਜੀ, ਅਜੇ ਤਾਂ ਇੱਥੇ ਹੀ ਆ ਜੀ, ਅਜੇ ਖੜੇ ਪਏ। ਹਾਂਜੀ, ਤੁਸੀਂ ਇੱਥੇ ਹੀ FIR ਕਰਾਉਣ ਚੱਲੇ? ਹਾਂਜੀ, ਇੱਕ ਅੱਛਾ, ਉਹ ਵੀ ਤੁਹਾਡੇ ਮੁਹੱਲੇ ਦੇ? ਹਾਂਜੀ ਹਾਂਜੀ, ਚਲੋ ਦੋ ਸੰਸਕਾਰ ਹੋਣੇ ਸੀ ਤਾਂ ਤੁਸੀਂ ਤਾਂ ਵੇਟ ਕਰ ਰਹੇ ਸੀਗੇ? ਹਾਂਜੀ, ਚਲੋ, ਅਤੇ ਜਿਹੜੀ ਚੀਜ਼ ਚੱਲ ਗਈ ਉਹ ਤਾਂ ਫਿਰ ਹੁਣ ਉਹਨੂੰ ਆਪਣੇ ਸਤਰ 'ਤੇ ਵੀ ਲੱਭਣ ਦੀ ਕੋਸ਼ਿਸ਼ ਕਰਨੀ? ਹਾਂਜੀ ਹਾਂਜੀ ਹਾਂਜੀ, ਠੀਕ ਹੈ, ਕੋਈ ਪੁਲਿਸ ਵਾਲਿਆਂ ਨੂੰ ਕੰਪਲੇਂਟ ਤਾਂ ਕਰਾਂਗੇ ਹੀ। ਆਪਣਾ ਨੰਬਰ ਬੋਲ ਦਿਓ, ਹਾਂਜੀ, ਲਿਖਣਾ ਕੋਈ ਲੈ ਕੇ? ਹਾਂ, ਐਕਟਿਵਾ ਦਾ ਨੰਬਰ ਦੱਸ ਦਿਓ। PV07 3784 ਆਪਣਾ ਮੋਬਾਈਲ ਨੰਬਰ। ਹਾਂਜੀ, ਪੀਪਲ ਇੱਕ ਨੰਬਰ 6280-9677 6268-9677-6286-9694। ਭਾਈ ਸਾਹਿਬ ਕੀ ਨਾਮ ਆਪਣਾ ਜੀ? ਮੇਰਾ ਨਾਮ ਦਵਿੰਦਰ ਕੁਮਾਰ। ਦਵਿੰਦਰ ਜੀ, ਕਿਵੇਂ ਦੇਖਦੇ ਹੋ ਦਿਨ ਦੇ ਉਜਾਲੇ ਦੇ ਵਿੱਚ, ਜੇ ਸਿਵਪੁਰੀ ਤੋਂ ਬਾਹਰ ਜੇ ਐਕਟਿਵਾ ਜੇ ਦੋ ਪਹੀਆ ਵਾਹਨ ਚੋਰੀ ਹੋ ਰਹੇ ਨੇ, ਚੋਰੀ ਦੀ ਵੱਧਦੀ ਘਟਨਾਵਾਂ ਨੂੰ ਕਿਵੇਂ ਦੇਖਦੇ ਹੋ? ਹਾਂ, ਇਹ ਤਾਂ ਮਾੜੀ ਗੱਲ ਹੈ ਜੀ, ਇਹ ਤਾਂ ਮਤਲਬ ਬੜੀ ਅਹਿਮ ਜਗ੍ਹਾ ਜਿੱਥੇ ਇੱਥੇ ਚੋਰੀਆਂ ਹੋਣ ਲੱਗ ਜਾਂਦੇ, ਫਿਰ ਇਸ ਤੋਂ ਪਰੇ ਹੋਰ ਕਿਹੜਾ ਘਰ ਰਹਿ ਗਿਆ? ਬਹੁਤ ਮਾੜੀ ਗੱਲ ਹੋਈ ਹੈ, ਵਿਚਾਰਾ ਗਰੀਬ ਬੰਦਾ ਵਾ ਇਹ, ਵਿਚਾਰਾ ਇਹਦੀ ਚੋਰੀ ਕਰ ਲਈ, ਅਤੇ ਬਹੁਤ ਮਾੜੀ ਗੱਲ ਹੋਈ ਹੈ। ਠੀਕ ਹੈ, ਅਤੇ ਭਾਈ ਸਾਹਿਬ ਕੀ ਨਾਮ ਤੁਹਾਡਾ ਜੀ? ਵਿਕਰਮ। ਵਿਕਰਮ, ਇਹ ਦੱਸੋ ਕਿ ਕਿੰਨੀ ਕੁ ਸੱਚਾਈ ਹੈ ਜਿਹੜੀ ਐਕਟਿਵਾ ਚੋਰੀ ਹੋਈ, ਜਿਹੜੀ ਦੁਨੀਆਂ ਗੱਲਾਂ ਹੋ ਰਹੀਆਂ? ਅਜੇ ਅੰਦਰ ਸੀ, ਅੰਦਰ ਆ ਕੇ ਅਜੇ ਦੇਖਿਆ ਸਕੂਟੀ ਹੈ ਨਹੀਂ ਸੀ। ਅੱਛਾ, ਬਸ ਭਰੀ ਸੀ ਜਗ੍ਹਾ, ਸਕੂਟੀ ਨਾਲ ਲੈ ਗਏ ਕੋਈ ਚੱਕ ਕੇ, ਕੋਈ ਲੈ ਗਿਆ। ਹਾਂਜੀ, ਆ ਭਾਈ ਸਾਹਿਬ ਵੀ ਸਾਡੇ ਨਾਲ ਜੁੜੇ, ਭਾਈ ਸਾਹਿਬ ਆ ਜਾਓ ਇੱਧਰ। ਭਾਈ ਸਾਹਿਬ ਕੀ ਨਾਮ ਆਪਣਾ? ਮੇਰਾ ਨਾਮ ਸ਼ਮਸ਼ੇਰ ਕੁਮਾਰ ਜੀ। ਸ਼ਮਸ਼ੇਰ ਜੀ, ਜਿਹੜੀ ਆ ਚੋਰੀ ਦੀ ਘਟਨਾ ਹੋਈ ਹੈ, ਇਸ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ? ਦੇਖੋ ਜੀ, ਦਿਨ ਦਿਹਾੜੇ ਇੰਨੇ ਜਮਾਵੜੇ ਦੇ ਵਿੱਚ ਕੀ ਉਹਨੂੰ ਕਹਿੰਦੇ ਚੀਜ਼ ਦਾ ਚੋਰੀ ਹੋ ਜਾਣਾ, ਬਹੁਤ ਜਾਣੀ ਕਿ ਮਾੜੀ ਗੱਲ ਹੈ। ਠੀਕ ਆ ਜੀ, ਕਿਉਂਕਿ ਕੀ ਉਹਨੂੰ ਕਹਿੰਦੇ ਜੇ ਇੱਥੇ ਕੋਈ ਸਿਕਿਉਰਿਟੀ ਨਹੀਂ ਹੈਗੀ, ਹੁਣ ਮੰਨ ਕੇ ਚੱਲੋ ਵੀ ਐਡਾ ਵੱਡਾ ਸ਼ਮਸ਼ਾਨ ਘਾਟ ਹੈ ਨਾ, ਇਹਨਾਂ ਨੂੰ ਥੋੜ੍ਹੀ ਜਿਹੀ ਸਿਕਿਉਰਿਟੀ ਰੱਖਣੀ ਚਾਹੀਦੀ ਕਿਉਂਕਿ ਕੈਮਰੇ ਕੁਮਰੇ ਦੀ, ਕਿ ਬੰਦੇ ਦੀ ਚੀਜ਼ ਸੇਫ ਹੋਵੇ, ਘੱਟ ਤੋਂ ਘੱਟ ਇੰਨਾ ਪਤਾ ਲੱਗ ਸਕੇ ਬੰਦੇ ਨੂੰ ਕਿ ਮੇਰੀ ਚੀਜ਼ ਆ ਬੰਦਾ ਲੈ ਕੇ ਗਿਆ ਹੈਗਾ, ਹੈ ਨਾ ਜੀ। ਅਤੇ ਇਸ ਕਰਕੇ ਮੈਂ ਤਾਂ ਇਹੀ ਮੰਗ ਕਰੂੰਗਾ ਵੀ ਕੀ ਉਹਨੂੰ ਕਹਿੰਦੇ ਇੱਥੇ ਤਾਂ ਕੋਈ ਨਾ ਕੋਈ CCTV ਕੈਮਰਾ ਹੋਣਾ ਚਾਹੀਦਾ ਆ, ਤੁਸੀਂ ਅੰਦਰ ਪੱਖੇ ਦੇਖ ਰਹੇ ਹਾਂ,
ਇਹ ਤਾਂ ਉਹਨਾਂ ਨੇ ਆਪਣੀ ਵੀ ਨਹੀਂ ਸੇਫਟੀ ਕੀਤੀ ਹੈਗੀ ਮੇਰੇ ਹਿਸਾਬ ਨਾਲ। ਤੁਸੀਂ ਦੇਖੋ ਉਹਨਾਂ ਨੇ ਪਿੰਜਰੇ ਜਿਹਦੇ ਵਿੱਚ ਪੱਖੇ ਲਾਏ ਆ, ਬਈ ਸਾਡੀ ਆਪਣੀ ਚੀਜ਼ ਨਹੀਂ ਸੇਫ ਹੈਗੀ ਜੇ ਅਤੇ ਕਿਸੇ ਦੀ ਚੀਜ਼ ਕੀ ਸੇਫ ਕਰਾਂਗੇ ਅਸੀਂ, ਹੈ ਨਾ। ਕਿਆ ਜ਼ਿੰਦਗੀ ਹੈ, ਮੰਜ਼ਿਲ ਤੋਂ ਤੇਰੀ ਯਹੀ ਥੀ, ਬਸ ਜ਼ਿੰਦਗੀ ਗੁਜ਼ਰ ਗਈ ਆਤੇ ਆਤੇ, ਕਿਆ ਮਿਲਾ ਤੁਝੇ ਇਸ ਦੁਨੀਆ ਸੇ। ਆਪਣੋ ਨੇ ਜਲਾ ਦਿਆ ਤੁਝੇ ਜਾਤੇ ਜਾਤੇ। ਪਰ ਵੱਡੀ ਗੱਲ ਇਹ ਹੈ ਕਿ ਸ਼ਿਵਪੁਰੀ ਦੇ ਬਾਹਰੋਂ ਐਕਟਿਵਾ ਚੋਰੀ ਹੋ ਗਈ ਹੈ। ਜੇ ਤੁਸੀਂ ਉਹਨਾਂ ਨੂੰ ਪੁੱਛੋ ਨਾ, ਅੱਗੇ ਕਹਿੰਦੇ ਇੱਥੇ ਚੋਰੀ ਬਹੁਤ ਹੁੰਦੀ ਹੈ। ਇਹਨਾਂ ਨੂੰ ਤੁਸੀਂ ਪੁੱਛਿਆ ਹੈ ਗੱਲ, ਅੰਦਰ ਵੀ ਪੁੱਛਿਆ ਸੀ, ਉਹ ਕਹਿੰਦੇ ਤੁਸੀਂ ਕੰਪਲੇਂਟ ਲਿਖਾਓ ਜਾ ਕੇ ਥਾਣੇ 'ਚ, ਕਹਿੰਦੇ ਚੋਰੀਆਂ ਬਹੁਤ। ਹਾਂ, ਇੱਥੇ ਸਾਰੇ ਕਹਿੰਦੇ ਚੋਰੀ, ਜਿੰਨੀ ਪਬਲਿਕ ਸੀ ਕਹਿੰਦੇ ਚੋਰੀ ਬਹੁਤ ਹੁੰਦੀ ਹੈ, ਐਕਟਿਵਾ ਚੋਰੀ ਬਹੁਤ ਹੁੰਦੀ ਹੈ, ਮੋਟਰਸਾਈਕਲ। ਇਹ ਵੀ ਗੱਲ ਸੁਣਨ ਨੂੰ ਮਿਲੀ ਅੰਦਰ ਮੈਨੂੰ ਕਿ ਐਕਟਿਵਾ ਤੇ ਮੋਟਰਸਾਈਕਲ ਬਹੁਤ ਚੋਰੀ ਹੁੰਦੀ ਹੈ। ਤੁਸੀਂ ਬਸ ਦਿਲ ਤੇ ਵੱਡਾ ਪੱਥਰ ਰੱਖ ਲਓ। ਹੁਣ ਕੀ ਕਰੀਏ ਜੀ, ਹੁਣ ਮੈਨੂੰ ਤਾਂ ਲੱਭਣੀ ਪੈਣੀ ਹੈ ਜੀ ਮੇਰੀ ਚੀਜ਼ ਆ, ਕੋਈ ਮੈਂ ਮਿਹਨਤ ਨਾਲ ਕਿਸੇ ਨੇ ਮੈਨੂੰ ਦਿੱਤੀ ਸੀਗੀ। ਗਰੀਬ ਬੰਦਾ ਤਾਂ ਉੱਜੜ ਗਿਆ ਨਾ, ਉੱਜੜ ਗਿਆ ਜੀ, ਤੁਰ ਕੇ ਹੋ ਗਏ ਜੀ, ਹੁਣ ਤੁਰ ਕੇ ਪੈਦਲ ਹੋ ਗਏ, ਪੈਦਲ ਹੋ ਗਏ। ਹੋਰ ਕੀ ਕਰਨਾ ਹੁਣ ਦੱਸੋ, ਵਾਹਨ ਹੀ ਚੱਲ ਗਿਆ, ਵਾਹਨ ਚੱਲ ਗਿਆ, ਹੁਣ ਕੰਪਲੇਂਟ ਕਰੋ ਥਾਣੇ ਜਾਓ ਤਾਂ ਉੱਥੇ ਵੀ ਗੱਲਾਂ ਸੁਣਨੀਆਂ ਪੈਣੀਆਂ। ਉਹ ਵੀ ਤੁਰ ਕੇ ਜਾਣਾ ਪੈਣਾ, ਤੁਰ ਕੇ ਜਾਣਾ ਪੈਣਾ ਜੀ ਨਾਲੇ। ਸੋ ਹੋਰ ਐਕਟਿਵਾ ਤਾਂ ਤੁਸੀਂ ਕੀ ਕੀ ਕੰਮ ਕਰਦੇ ਸੀ ਮਿਸਟਰ ਸਾਹਿਬ? ਕਾਫੀ ਮੇਰੇ ਕੰਮ ਹੀ ਐਕਟਿਵਾ ਦੇ ਸੀ ਭਾਜੀ, ਮੇਰਾ ਜੋ ਵੀ ਜਿੱਦਾਂ ਮੈਂ ਆਪਣੇ ਦੋਸਤ ਦੇ ਕੋਲ ਕਿਸੇ ਕੋਲ ਜਾਣਾ ਐਕਟਿਵਾ 'ਤੇ ਜਾਣਾ, ਮੈਨੂੰ ਇੱਕ ਕੰਮ ਮਿਲਿਆ ਸੀਗਾ ਵਿਆਹ ਸ਼ਾਦੀ ਦਾ ਵੀ, ਜਿੱਦਾਂ ਐਕਟਿਵਾ 'ਤੇ ਜਿੱਦਾਂ ਘੁੰਮ ਫਿਰ ਕੇ ਕਰਨਾ ਸੀਗਾ, ਉਹ ਵੀ ਮੇਰਾ ਕੰਮ ਸਕੂਟਰ 'ਤੇ ਸੀਗਾ। ਹੁਣ ਮੈਂ ਬੇਰੁਜ਼ਗਾਰ ਹੋ ਗਿਆ, ਹੁਣ ਬੇਰੁਜ਼ਗਾਰ ਵੀ ਹੋ ਗਿਆ। ਹਾਂਜੀ, ਕਿਉਂਕਿ ਮੇਰਾ ਮੇਨ ਕੰਮ ਐਕਟਿਵਾ 'ਤੇ ਸੀਗਾ। ਸਿਰਫ ਐਕਟਿਵਾ ਹੀ ਨਹੀਂ ਗਈ, ਰੋਜ਼ਗਾਰ ਵੀ ਚਲਾ ਗਿਆ, ਵੀ ਚਲ ਗਿਆ ਜੀ। ਗਰੀਬ ਤਾਂ, ਕਿਉਂਕਿ ਹੁਣ ਕਿਤੇ ਕੰਮ 'ਤੇ ਵੀ ਦੂਰ ਜਾਣਾ ਤਾਂ ਐਕਟਿਵਾ 'ਤੇ ਜਾਣਾ ਪੈਣਾ ਸੀਗਾ, ਤਾਂ ਉਹ ਵੀ ਹੁਣ। ਅਤੇ ਜਿਹੜੇ ਸਾਡੇ ਦਰਸ਼ਕ ਵੀਡੀਓ ਦੇਖ ਰਹੇ, ਉਹਨਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਫਿਰ? ਅਸੀਂ ਤਾਂ ਇਹੀ ਕਹਾਂਗੇ ਜੀ, ਆਪਣੀ ਆਪਣੇ ਸਮਾਨ ਜਿੱਦਾਂ ਵੀ ਐਕਟਿਵਾ ਜੇ ਦੇ ਲਾਉਂਦੇ ਆ ਤਾਂ ਆਪੋ ਧਿਆਨ ਕਰਨਾ ਪੈਣਾ ਜੀ, ਤੁਹਾਨੂੰ ਕਿਸੇ ਦੇ ਜ਼ਿੰਮੇਵਾਰੀ ਨਹੀਂ ਰੱਖਣੀ ਚਾਹੀਦੀ। ਬਸ ਜੇ ਅਫਸੋਸ 'ਤੇ ਵੀ ਆਏ ਹਾਂ ਤਾਂ ਧਿਆਨ ਚੁੱਕਣੇ ਰੱਖੋ। ਹਾਂਜੀ ਹਾਂਜੀ, ਆਪਣਾ ਧਿਆਨ ਆਪਣੀ ਐਕਟਿਵਾ 'ਚ ਚੀਜ਼ 'ਚ ਰੱਖੋ, ਅੰਦਰ ਛੱਡ ਦਿਓ। ਹਾਂਜੀ ਹਾਂ। ਸੋ ਇਸ ਤਰ੍ਹਾਂ ਦੀਆਂ ਹੋਰ ਵੱਡੇ ਅਪਡੇਟ ਦੇ ਲਈ ਜੁੜੇ ਰਹੋ ਤੁਸੀਂ GVC ਅਪਡੇਟ ਦੇ ਨਾਲ। Coaching point in IELTS and spoken English. Also expert in study and visitor visa. Government approved. SS Group. Session Chowk, Hoshiarpur.